ਸੰਤਾਂ ਦੀ ਬਾਣੀ ਹੈ, ਸੰਤਾਂ ਦਾ ਉਪਦੇਸ਼ ਹੈ, ਸਤਸੰਗ ਹੈ, ਅਗਰ ਉਸਨੂੰ ਸਮਝਣ, ਵਿਚਾਰਨ ਔਰ ਉਸਦੇ ਉੱਤੇ ਚੱਲਣ, ਫਿਰ ਤਾਂ ਵਾਕਈ ਉਹ ਗੁਰੂ ਸਾਹਿਬ ਨੂੰ ਮੰਨਦੇ ਪਏ ਨੇ ਔਰ ਗੁਰੂ ਦੇ ਕਹਿਣ ਦੇ ਮੁਤਾਬਕ ਉਸ ਯੁਕਤੀ ਦੇ ਵੀ ਸਤਪੁਰਸ਼ ਨੂੰ ਢੂੰਡਣ ਅਤੇ ਉਸ ਪੜ ਪੜ ਜਗ ਨੂੰ ਆ ਪੰਡਿਤ ਬਿਆਨ ਆਏ ਢਾਈ ਅੱਛੇ ਪ੍ਰੇਮ ਕੇ ਪੜੇ ਸੋ ਪੰਡਿਤ ਹੋਏ। ਕਿਸ ਤਰ੍ਹਾਂ ਪੋਥੀ ਪੜ ਪੜ ਕੇ ਕੀ ਬਣੇਗਾ? ਲੇਕਿਨ ਅਗਰ ਜ਼ਿੰਦਾ ਕਿਸੇ ਪੁਰਸ਼ ਦੇ ਕੋਲ ਆ ਕੇ ਬੈਠ ਜਾਓ, ਉਹ ਜਿਹੜੀ ਪੋਥੀ ਜ਼ਿਕਰ ਕਰਦੀ ਪਈ ਹੈ ਔਰ ਉਸਦੇ ਨਾਲ ਤੁਹਾਡਾ ਪ੍ਰੇਮ ਪੈ ਜਾਏ, ਤੁਸੀਂ ਪੰਡਿਤ ਬਣ ਗਏ ਮਿੰਟੇ ਔਰ ਮਿੰਟ ਹੀ ਤੁਹਾਡੀ ਸੁਰਤ ਨੂੰ ਜੋੜ ਦਿੱਤਾ ਅੰਦਰ ਸੱਚੇ ਨਾਮ ਦੇ ਨਾਲ, ਢਾਈ ਅਕਸ਼ਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ। ਇਹ ਕਿਤਾਬਾਂ ਉਨੀ ਦੇਰ ਤੱਕ ਜਿਹਦੇ ਤੁਹਾਨੂੰ ਮਾਸਟਰ ਨਹੀਂ ਮਿਲਿਆ, ਜਦ ਮਾਸਟਰ ਮਿਲ ਗਿਆ ਉਸ ਕਿਤਾਬਾਂ ਦੇ ਜ਼ਿਕਰ ਕਰਨ ਵਾਲਾ, ਉਸਨੇ ਤੁਹਾਨੂੰ ਪਲ ਦੇ ਵਿੱਚ ਇੱਕ ਪਲਕ ਦੇ ਵਿੱਚ ਮਾਲਕ ਦੇ ਮਿਲਣ ਦਾ ਰਾਹ ਦੱਸ ਦਿੰਦਾ। ਅਦਰਵਾਈਜ਼ ਨੇ ਲੱਭਦੇ ਰਹੋ ਕਿਤਾਬਾਂ ਪੜ੍ਹ ਪੜ੍ਹ ਕੇ ਕੁਛ ਨਹੀਂ ਬਣੇ। ਕੁਦਰਤੀ ਕਾਬੇ ਕੀ ਤੂੰ ਮਹਿਰਾਬ ਮੈਂ ਸੁਣ ਗੌਰ ਸੇ ਆ ਰਹੀ ਧੁਰ ਸੇ ਸਦਾ ਤੇਰੇ ਬੁਲਾਨੇ ਕੇ ਲੀਏ। ਉਹ ਮਾਲਕ ਕਿਤਨਾ ਮਿਹਰਬਾਨ ਹੈ, ਹਰ ਇੱਕ ਇਨਸਾਨ ਮੁਸ਼ਦੇਹੀ ਦੇ ਵਿੱਚੋਂ ਬੈਠਾ ਹੈ ਛੁਪ ਕੇ ਸੱਚ ਖੰਡ ਤੇ ਔਰ ਆਵਾਜ਼ ਦੇ ਰਿਹਾ ਮੇਰੇ ਕੋਲ ਵਾਪਸ ਆ, ਮੇਰੇ ਕੋਲ ਵਾਪਸ ਆ, ਮੇਰੇ ਕੋਲ ਵਾਪਸ ਆ। ਔਰ ਜਿਸ ਦੇ ਉੱਤੇ ਬੜਾ ਮਿਹਰਬਾਨ ਹੋ ਜਾਂਦਾ ਹੈ ਉਹਨੂੰ ਸਤਿਗੁਰੂ ਵੀ ਮਿਲ ਜਾਂਦਾ ਹੈ। ਉਹ ਕੁਦਰਤੀ ਮਹਿਰਾਬ ਕਿਹੜੀ ਹੈ? ਇਹ ਸਾਰਾ ਮਸਤਕ ਹੈ। ਇੱਥੇ ਗੌਰ ਦੇ ਨਾਲ ਸੁਣ, ਤੂੰ ਉੱਤੋਂ ਆਵਾਜ਼ ਆ ਰਹੀ ਹੈ, ਤੈਨੂੰ ਬੁਲਾ ਰਹੀ ਹੈ ਕਿ ਤੂੰ ਮੇਰੇ ਕੋਲ ਆ। ਹੁਣ ਤੁਸੀਂ ਦੇਖੋ ਜਿਸ ਵੇਲੇ ਆਤਮਾ ਸ਼ਿਵ ਨੇਤਰ ਤੋਂ ਉਸ ਧੁਨ ਨੂੰ ਸੁਣਦੀ ਹੈ ਔਰ ਉਸ ਧੁਨ ਨੂੰ ਸੁਣ ਸੁਣ ਕੇ ਹੀ ਉੱਤੇ ਚੜ੍ਹਦੀ ਹੈ। ਉਸਦਾ ਧਿਆਨ ਅਗਰ ਪੱਕ ਜਾਂਦਾ ਜੀਵ ਦਾ, ਅਭਿਆਸੀ ਦਾ, ਤਾਂ ਉਸਨੂੰ ਪਤਾ ਲੱਗਦਾ ਵੀ ਹੁਣ ਇੱਥੇ ਧੁਨ ਹੈ, ਹੁਣ ਇੱਥੇ ਧੁਨ ਹੈ, ਹੁਣ ਇੱਥੇ ਧੁਨ ਹੈ। ਉਸ ਧੁਨ ਦੇ ਆਸਰੇ ਉਹ ਜੀਵ ਉੱਪਰ ਜਾ ਰਿਹਾ ਹੈ। ਤੇਰੇ ਬੁਲਾਣੇ ਸਦਾ ਆ ਰਹੀ, ਤੁਝੇ ਬੁਲਾਣੇ ਫਿਰ ਪੜ੍ਹੇ ਇਸ ਲਾਈਨ ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਸੱਚਖੰਡ ਤੋਂ ਆਵਾਜ਼ ਆ ਰਹੀ ਹੈ ਕੈਂਟੇ ਦੀ ਸ਼ਕਲ ਦੇ ਵਿੱਚ ਔਰ ਕਿਸਦੇ ਵਾਸਤੇ ਆ ਰਹੀ ਹੈ? ਉਹ ਤੈਨੂੰ ਬੁਲਾਉਣ ਵਾਸਤੇ ਆ ਰਹੀ ਹੈ ਕਿ ਤੂੰ ਇਸ ਸ਼ਬਦ ਨੂੰ ਸੁਣ, ਇਹ ਸੱਚੇ ਨਾਮ ਨੂੰ ਸੁਣ ਕੇ ਇਹ ਆਤਮਾ ਵਾਪਸ ਤੂੰ ਆਪਣੇ ਦੇਸ਼ ਜਾ ਜਿੱਥੋਂ ਤੂੰ ਜਾ ਚੁੱਕਾ। ਇੱਕ ਬੱਚਾ ਹੈ ਘਰੋਂ ਨਿਕਲ ਜਾਂਦਾ ਹੈ, ਮੇਲੇ ਦੇ ਵਿੱਚ ਗਵਾਚ ਜਾਂਦਾ ਹੈ, ਉਹਦਾ ਪਿਤਾ ਉਸਨੂੰ ਯਾਦ ਕਰਦਾ ਰਹਿੰਦਾ ਹੈ, ਕਦ ਮੇਰੇ ਕੋਲ ਆਏਗਾ, ਕਦ ਮੇਰੇ ਕੋਲ ਆਏਗਾ, ਕਦ ਮੇਰੇ ਕੋਲ। ਇਸ ਤਰ੍ਹਾਂ ਹੀ ਉਹ ਪਰਮ ਪਿਤਾ ਆਪਣੀ ਰੂਹ ਨੂੰ ਮਨੁੱਸ਼ ਦੇਹੀ ਦੇ ਕੇ ਉਸਦੇ ਵਿੱਚ ਹੀ ਉਹ ਧੁੰਦ ਦੀ ਸ਼ਕਲ ਦੇ ਵਿੱਚ, ਸ਼ਬਦ ਦੀ ਸ਼ਕਲ ਵਿੱਚ ਬੈਠਾ ਹੋਇਆ ਹੈ ਔਰ ਉਸ ਜੀਵ ਨੂੰ ਉਡੀਕ ਰਿਹਾ ਹੈ ਵੀ ਇਹ ਕਦ ਦੁਨੀਆਂ ਦੇ ਤਮਾਸ਼ੇ ਦੇਖ ਕੇ ਵਾਪਸ ਮੇਰੇ ਕੋਲ ਆਏ।
ਔਰ ਫਿਰ ਅੱਗੋਂ ਸੱਦਾ ਭੇਜਦਾ ਹੈ, ਸਤਿਗੁਰੂ ਭੇਜਦਾ ਹੈ ਆਪਣੇ ਕਿ ਜਾ ਮੇਰੇ ਜੀਵ ਨੂੰ ਲੈ ਕੇ ਆ। ਉਸਨੂੰ ਇਹ ਰਸਤਾ ਭੁੱਲ ਚੁੱਕਾ ਹੈ ਆਪਣੇ ਘਰ ਦਾ, ਉਸਨੂੰ ਆਪਣਾ ਘਰ ਭੁੱਲ ਚੁੱਕਾ ਹੈ, ਉਹਨੂੰ ਘਰ ਵਾਪਸ ਆਉਣ ਦਾ ਰਾਹ ਵੀ ਭੁੱਲ ਚੁੱਕਾ ਹੈ। ਤੂੰ ਕਿੱਥੇ ਤੋਂ ਬਾਹਰ? ਕਿਆ ਕ੍ਰਿਸ਼ਨ ਮਹਾਰਾਜ ਦੇ ਵਕਤ ਵਿਦੁਰ ਹੋਇਆ ਜਾਂ ਉਸਦੀ ਪਤਨੀ ਹੋਈ? ਕਿਆ ਇਸ ਜ਼ਮਾਨੇ 'ਚ ਨਹੀਂ ਹੋਏ? ਸਵਾਮੀ ਜੀ ਮਹਾਰਾਜ ਸ਼ਿਵਦਿਆਲ ਮਹਾਰਾਜ ਜੀ ਆਪਣੇ ਪੰਨੀ ਗਲੀ ਦੇ ਵਿੱਚ ਬੈਠੇ ਹੋਏ ਸੀ। ਸ਼ਿਪੋ ਆਪਣੇ ਘਰ ਗੁਸਲਖਾਨੇ 'ਚ ਨਹਾ ਰਹੀ ਸੀ। ਬਾਹਰ ਇੱਕ ਫਕੀਰ ਕੋਈ ਆਪਣੇ ਸੰਤਾਂ ਦਾ ਗੁਰੂ ਦਾ ਭਜਨ ਗਾਉਂਦਾ ਹੋਇਆ ਜਾ ਰਿਹਾ ਸੀ। ਉਸਦੀ ਆਵਾਜ਼ ਉਸਦੇ ਕੰਨ ਦੇ ਵਿੱਚ ਪਈ। ਉਸਦੇ ਅੰਦਰ ਐਸੀ ਭਗਤੀ ਦੀ ਲਹਿਰ ਉੱਠੀ ਆਪਣੇ ਗੁਰੂ ਵਾਸਤੇ। ਕਿਹੜਾ ਗੁਰੂ ਸੀ ਉਹਦਾ? ਸ਼ਿਵਦਿਆਲ ਮਹਾਰਾਜ ਜੀ, ਸਵਾਮੀ ਜੀ ਮਹਾਰਾਜ। ਉਹ ਆਪਣੇ ਆਪ ਵਿੱਚ ਰਹੀ ਨਹੀਂ ਕਿ ਮੈਂ ਨਾ ਰਹੀ ਹਾਂ, ਮੇਰੇ ਕੱਪੜੇ ਨਹੀਂ ਪਾਏ, ਮੇਰਾ ਕੁਛ ਨਹੀਂ। ਉਸੇ ਤਰ੍ਹਾਂ ਹੀ ਇੱਕੋ ਸਾਹ ਉੱਥੇ ਗੁਸਲਖਾਨਾ ਖੋਲ ਕੇ ਭੱਜ ਗਏ, ਉਸੇ ਤਰ੍ਹਾਂ ਬਗੈਰ ਕੱਪੜੇ, ਔਰ ਸਿੱਧੀ ਜਾ ਕੇ ਸਵਾਮੀ ਜੀ ਮਹਾਰਾਜ ਦੇ ਚਰਨਾਂ 'ਚ ਗਿਰ ਗਈ ਔਰ ਰੋਈ। ਰੋ ਕਿਸ ਲਈ? ਭਗਤੀ 'ਚ, ਪਿਆਰ ਦੇ ਵਿੱਚ। ਭਗਤੀ ਦੀ ਕੀ ਅਨੁਭਵ ਕਰਦਾ ਹੈ ਬੰਦਾ? ਭਗਤੀ ਦੇ ਵਿੱਚ ਇਸ਼ਕ ਮਿਲਿਆ ਆ, ਪਿਆਰ ਮਿਲਿਆ ਆ। ਉਸਦੇ ਆਂਸੂ ਨਿਕਲੀ ਗਏ ਔਰ ਉੱਤੇ ਗਏ। ਉਹ ਸਵਾਮੀ ਜੀ ਕਹਿ, ਸ਼ਿਵੋ ਤੂੰ ਨੰਗੀ ਹੈ ਬਿਲਕੁਲ, ਕੱਪੜੇ ਪਾ ਜਾ। ਔਰ ਹੈਰਤ ਦੀ ਗੱਲ ਇਹ ਹੈ ਕਿ ਇਤਨੇ ਸਾਰੇ ਬਾਜ਼ਾਰ 'ਚੋਂ ਗਈ, ਕਿਸੇ ਨੇ ਨਹੀਂ ਦੇਖਿਆ ਕਿ ਸ਼ਿਵੋ ਬਿਨਾਂ ਕੱਪੜੇ ਦੇ ਜਾ। ਉਹ ਸਤਿਗੁਰੂ ਉਸਨੂੰ ਟੱਕਦਾ ਹੀ ਆਇਆ, ਨਾਲ ਨਾਲ ਟੱਕਦਾ ਹੀ ਆਇਆ। ਕਿਸੇ ਨੂੰ ਪਤਾ ਨਹੀਂ ਲੱਗਾ ਕਿ ਵੀ ਸ਼ਿਵੋ ਨੰਗੀ ਗਈ, ਕਿਸੇ ਤੋਂ ਨਹੀਂ ਸੁਣਿਆ। ਸਤਿਗੁਰੂ ਇਸ ਤਰ੍ਹਾਂ ਜੀਵ ਦੀ ਲਾਜ ਵੀ ਰੱਖਦਾ। ਭਗਤੀ ਭਾਵ ਇਹੀ ਕਹਿਣੇ ਕਿ ਵੀ ਇਨਸਾਨ ਢੋਲ ਵਜਾ ਜਾ ਕੇ ਸੰਗਤ ਦੇ ਵਿੱਚ ਸਤਸੰਗ ਹੀ ਦੱਸਿਆ ਜਾਂਦਾ ਹੈ ਕਿ ਉਹ ਸ਼ਕਤੀ ਤੇਰੇ ਅੰਦਰ ਹੈ, ਮਾਲਕ ਤੇਰੇ ਅੰਦਰ ਹੈ। ਲੇਕਿਨ ਅਸੀਂ ਫੇਰ ਬਾਹਰ ਤਾੜੀਆਂ ਮਾਰਦੇ ਹਾਂ, ਬਾਹਰ ਜਾਂਦੇ ਹਾਂ, ਇਹ ਸਾਡਾ ਮੂਰਖਤਾ, ਗਿਆਨ ਜਾਂ ਸਾਡੀ ਬਦਕਿਸਮਤੀ ਨਹੀਂ ਤਾਂ ਹੋਰ ਕੀ। ਮੁੜ ਮੁੜ ਕੇ ਕਰਮ ਕਾਂਡ 'ਚ ਆਉਂਦੇ ਹਾਂ, ਕੋਲੂ ਦੇ ਬੈਲ ਵਾਂਗ। ਔਰ ਕਰਮ ਕਾਂਡ ਜਿਹੜਾ ਹੈ ਇਹ ਇਤਨਾ ਨੁਕਸਾਨਦਾਇਕ ਹੈ ਰੂਹਾਨੀਅਤ ਦੇ ਵਿੱਚ ਕਿ ਤੁਸੀਂ ਜਿਹੜਾ ਜੀਵ ਕਰਮ ਕਾਂਡ ਕਰ ਰਿਹਾ ਹੈ, ਦੂਰ ਦੂਰ ਤੀਰਥ ਕਰਨ ਜਾਣਗੇ, ਦੂਰ ਦੂਰ ਆਪਣੀਆਂ ਮੰਨਤਾਂ ਮੰਨਣ ਜਾਣਗੇ, ਔਰ ਜਿੱਥੇ ਸਤਿਗੁਰੂ ਜਿਉਂਦਾ ਬੈਠਾ ਹੋਏਗਾ, ਨਾਮ ਲਿੱਤਾ ਹੈ, ਲੇਕਿਨ ਉੱਥੇ ਆਉਣ ਦੀ ਟਾਈਮ ਨਹੀਂ ਮਿਲਦਾ। ਮਹਾਰਾਜ ਤੁਸੀਂ ਦਿਆ ਕਰੋਗੇ ਤੇ ਤਦ ਹੀ ਆਵਾਂਗੇ ਨਾ। ਚੱਲ ਉਹ ਵੀ ਗੱਲ ਮਹਾਰਾਜ ਜੀ ਉੱਤੇ ਸੁਣ ਲੈਂਦੇ ਵੀ ਸਾਡਾ ਕਸੂਰ ਨਹੀਂ, ਤੁਸੀਂ ਦਿਆ ਕਰੋਗੇ ਤੇ ਤਦ ਹੀ ਆਵਾਂਗੇ ਨਾ। ਤੇ ਕਿਤਨਾ ਅਜੀਬ ਭੁੱਲਣਹਾਰ ਜਿਹੜੇ ਕਰਮ ਕਾਂਡੀ ਪੰਡਿਤ ਨੇ ਔਰ ਕਰਮ ਕਾਂਡ ਸਿਖਾਉਂਦੇ ਨੇ ਔਰ ਖੁਦ ਬੜੇ ਬੜੇ ਤੀਰਥਾਂ 'ਚ ਜਾਂਦੇ ਨੇ, ਉਹ ਦਾਅਵਾ ਕਰਦੇ ਨੇ ਮੁਕਤੀ ਦੇਣ ਦਾ, ਲੇਕਿਨ ਖੁਦ ਹਨੇਰੇ 'ਚ ਫਸੇ ਪਏ, ਖੁਦ ਹਨੇਰੇ 'ਚ ਔਰ ਮਾਇਆ ਦੇ ਜਾਲ 'ਚ ਫਸੇ। ਕਿਉਂ ਭਟਕਤਾ
ਫੇਵਾ ਤੂੰ ਐ ਤਲਾਸ਼ ਯਾਰ ਨਹੀਂ ਰਾਸਤਾ ਸ਼ਾਹ ਰੰਗ ਨਹੀਂ ਹੈ ਦਿਲ ਬਲਤ ਜਾਣੇ ਕੇ ਲੀਏ ਕਿਉਂ ਭਟਕਦਾ ਪਿਆ ਹੈ ਉਹਦਾ ਰਸਤਾ ਮੈਂ ਤੈਨੂੰ ਦੱਸਦਾ ਹਾਂ ਉਹਦਾ ਰਸਤਾ ਸ਼ਾਰਕ ਦੇ ਕੋਲੋਂ ਦੀ ਗੁਜ਼ਰਦਾ ਹੈ ਅਗਲੇ ਪੁੱਛਣਗੇ ਸ਼ਾਹਰਗ ਕਿਹੜੀ ਹੁੰਦੀ ਸ਼ਾਹਰਗ ਹਿੰਦੀ 'ਚ ਸੁਸ਼ਮਨਾ ਨਾੜੀ ਹੁੰਦੀ ਸਾਡੇ ਸਰੀਰ ਵਿੱਚ ਤਿੰਨ ਨਾੜੀਆਂ ਨੇ ਈਰਾ ਪਿੰਗਲਾ ਔਰ ਸੁਸ਼ਮਨਾ ਈਰਾ ਪਿੰਗਲਾ ਇਸ ਨੇਤਰਾਂ 'ਤੇ ਆ ਕੇ ਖਤਮ ਹੋ ਜਾਂਦੀਆਂ ਜਿਹੜੀ ਕਿ ਬਾਹਰ ਰੋਸ਼ਨੀ ਦੇ ਰਹੀਆਂ ਜਾਂ ਨੌ ਦਰਵਾਜ਼ਿਆਂ ਨੂੰ ਸ਼ਕਤੀ ਦੇ ਰਹੀਆਂ ਸੁਸ਼ਮਨਾ ਨਾੜ ਸਿੱਧੀ ਜਾਂਦੀ ਹੈ ਉੱਪਰ ਮਸਤਕ ਕਹਿੰਦੇ ਅਗਰ ਤੂੰ ਮਾਲਕ ਸੱਚੇ ਨੂੰ ਮਿਲਣਾ ਹੈ ਤੇ ਬਾਹਰ ਉਸਨੂੰ ਲੱਭਣ ਦੀ ਕੋਈ ਜ਼ਰੂਰਤ ਨਹੀਂ ਉਹ ਬਾਹਰ ਨਹੀਂ ਬੈਠਾ ਹੋਇਆ ਉਹ ਤੇਰੇ ਅੰਦਰ ਹੀ ਹੈ ਔਰ ਉਸਦਾ ਰਸਤਾ ਅਗਰ ਤੂੰ ਲੱਭਣਾ ਹੈ ਤੇ ਮੈਂ ਦੱਸਦਾ ਹਾਂ ਤੈਨੂੰ ਲੇਕਿਨ ਬਾਹਰ ਤੈਨੂੰ ਸਾਰਾ ਕੰਮ ਕਾਂਡ ਛੱਡਣਾ ਪਏਗਾ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲਣਗੀਆਂ ਔਰ ਉਸਦਾ ਰਸਤਾ ਹੈ ਸ਼ਾਹਰਗ ਸੁਸ਼ਮਨ ਸੇਤੀ